ਵੀਰੋ, ਪੰਜਾਬ 'ਚ ਦੋ ਹੀ ਹੀਰੇ ਹੋਏ ਆ, ਦੋ ਹੀਰੇ, ਇੱਕ ਚਮਕੀਲਾ ਅਤੇ ਦੂਜਾ ਸਿੱਧੂ, ਅਤੇ ਦੋਵਾਂ ਵਿੱਚ ਹੀ ਬੜੀਆਂ ਸਮਾਨਤਾਵਾਂ ਆ। ਮੈਨੂੰ ਇੱਕ ਵੀਰ ਨੇ ਮੈਸੇਜ ਕਰਕੇ ਦੱਸਿਆ, ਮੇਰਾ ਤਾਂ ਦਿਮਾਗ ਹਿੱਲ ਗਿਆ, ਦੋਵਾਂ 'ਚ ਇੰਨੀਆਂ ਸਮਾਨਤਾਵਾਂ। ਚਮਕੀਲਾ ਵੀ ਟੌਪ ਦਾ ਸਿੰਗਰ ਸੀ ਅਤੇ ਉਹਦੇ ਜਿਹੜੇ ਆਸੇ ਪਾਸੇ ਦੇ ਸਾਰੇ ਉੱਤੋਂ ਜੈਲਿਸ ਕਰਦੇ ਸੀ। ਸਿੱਧੂ ਵੀ ਟੌਪ ਦਾ ਸਿੰਗਰ ਸੀ ਅਤੇ ਸਿੱਧੂ ਦੇ ਆਸੇ ਪਾਸੇ ਦੇ ਵੀ ਜੈਲਿਸ ਕਰਦੇ ਸੀ ਸਿੰਗਰ। ਚਮਕੀਲੇ ਨੇ ਵੀ ਇਹੋ ਜਿਹੀ ਸ਼ਾਇਰੀ ਕੀਤੀ ਜਿਹੜੀ ਕੋਈ ਕਰ ਨਹੀਂ ਸਕਿਆ ਰਹਿੰਦੀ ਦੁਨੀਆ ਤੱਕ, ਅਤੇ ਸਿੱਧੂ ਨੇ ਵੀ ਆਪਣੇ ਗਾਣਿਆਂ 'ਚ ਇਹੋ ਜਿਹੀ ਸ਼ਾਇਰੀ ਕੀਤੀ ਕਿ ਕੋਈ ਹੋਰ ਕਰ ਨਹੀਂ ਸਕਦਾ। ਚਮਕੀਲਾ ਵੀ ਨੰਬਰ 1 ਦਾ ਸਿੰਗਰ ਸੀ ਅਤੇ ਸਿੱਧੂ ਵੀ ਨੰਬਰ 1 ਦਾ ਸਿੰਗਰ ਸੀ। ਚਮਕੀਲੇ ਨੇ ਵੀ ਵਿਦੇਸ਼ਾਂ ਵਿੱਚ ਲੋਕ ਹਲਾਤੇ, ਸਿੱਧੂ ਨੇ ਵੀ ਵਿਦੇਸ਼ਾਂ 'ਚ ਲੋਕ ਹਲਾਤੇ ਸੀ। ਦੂਜੀ ਗੱਲ ਹੁਣ ਦੋਵਾਂ ਦੀ ਮੌਤ ਬਾਰੇ ਕਰਦੇ ਹਾਂ। ਚਮਕੀਲੇ ਦੀ ਮੌਤ ਵੀ ਹੋਈ ਅਤੇ ਪਤਾ ਨਹੀਂ ਲੱਗਾ ਕਿਹਨੇ ਕੀਤੀ, ਕੀ ਉਹਦੇ ਪਿੱਛੇ ਚਾਲ ਸੀ, ਹੈਂ, ਉਹ ਐਵੇਂ ਵਾਧੂ ਘਾਟੂ ਫੜੇ ਗਿਆ, ਵੱਖਰੀ ਗੱਲ ਆ। ਅਤੇ ਸਿੱਧੂ ਦੀ ਮੌਤ ਵੀ ਹੋਈ ਅਤੇ ਪਿੱਛੇ ਕੀ ਚਾਲ ਸੀ, ਕਿਹਨਾਂ ਕਰਵਾਈ, ਪਤਾ ਨਹੀਂ, ਉਹ ਵਾਧੂ ਘਾਟੂ ਜਿਹਾ ਐਵੇਂ ਫਾਲਤੂ ਜਿਹਾ ਦਿਖਾ ਤੇ, ਹੈ ਨਾ। ਉਹਨੂੰ ਵੀ ਗੋਲੀਆਂ ਮਾਰੀਆਂ ਗਈਆਂ ਅਤੇ ਉਹਨਾਂ ਦੋਵਾਂ ਨੂੰ ਵੀ ਗੋਲੀਆਂ ਮਾਰੀਆਂ ਗਈਆਂ। ਦੋਵਾਂ ਦੀ ਮੌਤ, ਮਤਲਬ ਉਹਦੀ, ਚਮਕੀਲੇ ਦੀ ਮੌਤ ਵੀ 5 ਵਜੇ ਹੋਈ ਸੀ ਅਤੇ ਸਿੱਧੂ ਦੀ ਮੌਤ ਵੀ 5 ਵਜੇ ਹੋਈ। ਚਮਕੀਲੇ ਦੀ ਮੌਤ 'ਤੇ ਵੀ ਸਾਰਾ ਪੰਜਾਬ ਰੋਇਆ ਸੀ ਅਤੇ ਪੂਰੀ ਦੁਨੀਆ ਰੋਈ ਸੀ, ਅਤੇ ਸਿੱਧੂ ਦੀ ਮੌਤ 'ਤੇ ਵੀ ਸਾਰਾ ਪੰਜਾਬ ਰੋਇਆ, ਪੂਰੀ ਦੁਨੀਆ ਰੋਈ। ਅਤੇ ਹੋਰ ਇੱਕ ਸਮਾਨਤਾ ਇਹ ਆ ਵੀ ਚਮਕੀਲੇ ਕੋਲੋਂ ਵੀ ਹਫ਼ਤਾ ਵਸੂਲੀ ਵਾਲੇ ਗੈਂਗ ਹਫ਼ਤਾ ਲੈਂਦੇ ਸੀ, ਅਤੇ ਸਿੱਧੂ ਉਹ ਚਲੋ ਮਾੜਾ ਮੋਟਾ ਦਫ਼ਾ ਕਰਦਾ ਸੀ, ਫੜੋ, ਪਰ ਉਹ ਵੀ ਸੂਰਮਾ ਬੰਦਾ ਸੀ, ਕਹਿੰਦਾ ਸੀ ਕਿਵੇਂ ਮਾਰ ਦੇਣਗੇ, ਲੁੱਟ ਪਈ ਆ। ਇੱਦਾਂ ਹੀ ਸਿੱਧੂ ਨੂੰ ਵੀ ਜਿਹੜੇ ਹਫ਼ਤਾ ਵਸੂਲੀ ਗੈਂਗ ਸੀ ਉਹ ਤੰਗ ਕਰਦੇ ਸੀ, ਪੈਸੇ ਦੇ ਨਹੀਂ ਦਿੱਤੇ, ਉਹ ਕਹਿੰਦਾ ਕਿਉਂ ਦੇਵਾਂ, ਹੈਂ, ਉਹ ਵੀ ਸੂਰਮਾ ਬੰਦਾ ਸੀ। ਅਤੇ ਵੀਰੋ, ਦੋਵਾਂ ਵਿੱਚ ਬੜੀਆਂ ਸਮਾਨਤਾਂ, ਦੋਵਾਂ ਨੂੰ ਲੋਕ ਪੂਜਾ ਕਰਦੇ, ਦੋਵਾਂ ਦੇ ਜਿੱਥੇ ਸਮਾਧਾਂ ਬਣੀਆਂ ਲੋਕ ਮੱਥੇ ਟੇਕਦੇ। ਇਹ ਦੋ ਹੀ ਸਿੰਗਰ ਹੋਏ ਪੰਜਾਬ ਜਿਨ੍ਹਾਂ ਦੀਆਂ ਸਮਾਧਾਂ ਦੇ ਲੋਕ ਮੱਥੇ ਟੇਕਦੇ, ਹੋਰ ਕਿਸੇ ਦੀਆਂ ਸਮਾਧਾਂ ਦੇ ਮੱਥੇ ਨਹੀਂ ਟੇਕੇ ਕਿਸੇ ਨੇ, ਹੈ ਨਾ। ਇਹ ਵੀਰੋ ਬੜੀ ਪ੍ਰਾਊਡ ਦੀ ਗੱਲ ਆ ਸਾਰੇ ਸਾਡੇ ਪੰਜਾਬੀਆਂ ਨੂੰ ਕਿ ਪੰਜਾਬ 'ਚ ਇਹੋ ਜਿਹੇ ਸੂਰਮੇ ਸਿੰਗਰ ਹੋਏ ਆ ਜਿਨ੍ਹਾਂ ਦੀਆਂ ਸਮਾਧਾਂ ਦੇ ਲੋਕ ਜਾ ਕੇ ਮੱਥੇ ਟੇਕਦੇ ਆ, ਰੋਂਦੇ, ਇਮੋਸ਼ਨਲ ਹੋ ਜਾਂਦੇ ਆ। ਸੋ ਵੀਰੋ, ਆਪਣੇ ਵੀਡੀਓ ਤੁਸੀਂ ਸ਼ੇਅਰ ਨਹੀਂ ਕਰਦੇ, ਥੋੜ੍ਹੇ ਵੀਡੀਓ ਸ਼ੇਅਰ ਕਰਿਆ ਕਰੋ ਯਾਰ, ਵੀਡੀਓ ਚੱਲਣ, ਥੋੜ੍ਹੇ ਜਿਹਾ ਹੌਸਲਾ ਵੱਧਦਾ ਆ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ।